ਈਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤਾਂ ਲੈ ਕੇ ਹਾਜ਼ਰ ਹਾਂ। ਕਰੰਟ ਇਸ਼ੂ ਲਈ ਚੱਲਦੇ ਹਾਂ ਫਾਜ਼ਿਲਕਾ। ਦੋਸਤੋ, ਰੋਡ ਦੇ ਉੱਪਰ ਆਵਾਰਾ ਪਸ਼ੂ ਇਸ ਕਦਰ ਘੁੰਮਦੇ ਨੇ ਕਿ ਨਾ ਉਹਨਾਂ ਨੂੰ ਕਿਸੇ ਦਾ ਡਰ ਹੈ ਅਤੇ ਨਾ ਹੀ ਉਹਨਾਂ ਨੂੰ ਕੋਈ ਕੁਛ ਕਹਿੰਦਾ ਹੈ, ਲੇਕਿਨ ਆਪਣੀ ਮਸਤੀ ਵਿੱਚ ਕਈ ਵਾਰ ਇੰਨਾ ਕੁ ਨੁਕਸਾਨ ਕਰਦੇ ਨੇ ਕਿ ਸਵੇਰੇ ਸ਼ਾਮ ਨੂੰ ਜਦੋਂ ਸਕੂਲਾਂ ਤੋਂ ਬੱਚੇ ਆਉਂਦੇ ਨੇ ਜਾਂ ਸਵੇਰੇ ਬੱਚੇ ਜਾਂਦੇ ਨੇ, ਇਸ ਤੋਂ ਇਲਾਵਾ ਟਿਊਸ਼ਨ 'ਤੇ ਬੱਚੇ ਜਾਂਦੇ ਨੇ ਔਰ ਸੜਕਾਂ ਦੇ ਉੱਪਰ ਗੱਡੀਆਂ ਘੁੰਮਦੀਆਂ ਨੇ, ਆਪਣੇ ਆਪਣੇ ਹਿਸਾਬ ਨਾਲ ਆਪਣੀ ਆਪਣੀ ਜਗ੍ਹਾ 'ਤੇ ਲੋਕ ਜਾ ਰਹੇ ਨੇ, ਪਰ ਇਹ ਜਿਹੜੇ ਪਸ਼ੂ ਹੈ ਆਪਣੇ ਹਿਸਾਬ ਦੇ ਨਾਲ ਸੜਕਾਂ ਦੇ ਉੱਪਰ ਸ਼ਰੇਆਮ ਲੜਦੇ ਨਜ਼ਰ ਆ ਰਹੇ ਨੇ। ਬਹੁਤ ਮੰਦਭਾਗੀ ਇਸ ਤਰ੍ਹਾਂ ਦੀ ਨਿਊਜ਼ ਹੈ, ਕਿਉਂਕਿ ਇਹਨਾਂ ਕਰਕੇ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਰਹੇ ਨੇ, ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਵਿੱਚ ਐਕਸੀਡੈਂਟ ਹੋ ਰਹੇ ਨੇ। ਔਰ ਅੱਜ ਜਿਹੜੀਆਂ ਮੈਂ ਤੁਹਾਨੂੰ ਤਸਵੀਰਾਂ ਦਿਖਾਉਣ ਜਾ ਰਿਹਾ ਉਹ ਫਾਜ਼ਿਲਕਾ ਦੇ ਰੋਡ ਦੀਆਂ ਤਸਵੀਰਾਂ ਨੇ। ਤੁਸੀਂ ਪਹਿਲਾਂ ਕੁਛ ਦੇਖੋ ਤਸਵੀਰਾਂ। ਤਸਵੀਰਾਂ ਦੇਖਣ ਤੋਂ ਬਾਅਦ ਦੋਸਤੋ ਆਪਾਂ ਚੱਲਦੇ ਹਾਂ ਜੀ ਫਾਜ਼ਿਲਕਾ, ਜਿੱਥੋਂ ਮੇਰੇ ਨਾਲ ਚੰਦਰ ਪ੍ਰਕਾਸ਼ ਜੀ ਜੁੜ ਚੁੱਕੇ ਨੇ, ਉਹਨਾਂ ਤੋਂ ਅਪਡੇਟ ਲੈਂਦੇ ਹਾਂ। ਚੰਦਰ ਪ੍ਰਕਾਸ਼ ਜੀ, ਇਹ ਜਿਹੜੀ ਤੁਸੀਂ ਵੀਡੀਓ ਭੇਜੀ ਹੈ ਕਿੱਥੋਂ ਦੀ ਹੈ ਔਰ ਕੀ ਅਪਡੇਟ ਹੈ ਇਸ ਤਰ੍ਹਾਂ ਦੀ ਖਬਰ ਨੂੰ ਲੈ ਕੇ? ਹਾਂਜੀ ਸੋਤਾ ਜੀ, ਇਹ ਜਿਹੜੀ ਵੀਡੀਓਜ਼ ਨੇ ਇਹ ਫਾਜ਼ਿਲਕਾ ਦੇ ਮਲੋਟ ਰੋਡ ਤੋਂ ਆਈਆਂ ਨੇ ਜੀ। ਜੀ, ਇਹਦੇ ਵਿੱਚ ਇਹ ਪਸ਼ੂ ਕਿ ਆਪਸ ਵਿੱਚ ਲੜਦੇ ਆ ਕਿ ਇਹਨੇ ਕੱਲ ਜਿਹੜੀ ਹੈ ਇੱਕ ਘਟਨਾ ਹੈ 2:30 ਵਜੇ ਦੇ ਕਰੀਬ ਦੀ ਹੈ ਵੀ ਆਪਸ ਵਿੱਚ ਲੜੇ ਆ ਪਸ਼ੂ। ਇਸ ਦੇ ਵਿੱਚ ਇੱਕ ਕਾਰ ਵੀ ਬੱਚੀ ਤੇ ਇੱਕ ਟਰੈਕਟਰ ਦਾ ਚਾਲਕ ਬੱਚਿਆ ਜੀ। ਜੀ, ਇਹਦੇ ਬਾਅਦ ਵੀ ਇਹਨਾਂ ਨੂੰ ਦੁਕਾਨਦਾਰ ਨੇ ਕਿਵੇਂ ਨਾ ਕਿਵੇਂ ਨਾ ਆਸੇ ਪਾਸੇ ਪਜਾਇਆ ਤੇ ਉਸ ਤੋਂ ਬਾਅਦ ਫਿਰ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਉਸ ਦੇ ਵਿੱਚ ਇੱਕ ਸੈਰ ਤੇ ਹੋ ਕੇ ਦੁਕਾਨਾਂ ਦੇ ਖਾਲੀ ਮੈਦਾਨ ਦੇ ਫਿੱਚੇ ਲੜੇ ਨੇ ਜੋ ਕਿ ਦੁਕਾਨਦਾਰਾਂ ਨੇ ਬੜੀ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਫਿਰ ਵੀ ਨਹੀਂ ਉੱਥੋਂ ਲੜਨ ਤੋਂ ਟਲੇ। ਲੇਕਿਨ ਚੰਦਰ ਪ੍ਰਕਾਸ਼ ਜੀ, ਜਦੋਂ ਇਹਨਾਂ ਦਾ ਵਿਰੋਧ ਕਰਦੇ ਆ, ਜਿਹੜੇ ਵਿਰੋਧ ਕਰਦੇ ਨੇ ਉਹਨਾਂ ਵੱਲ ਭੱਜਦੇ ਨੇ ਇਹ? ਸਰ ਐਕਚੁਲੀ ਇੱਕ ਚੀਜ਼ ਦੇਖਣੀ ਚਾਹੀਦੀ ਵੀ ਜਿਹੜਾ ਵੀ ਇਹਨਾਂ ਨੂੰ ਭਜਾਉਂਦਾ ਹੈ ਉਹ ਉਹਨਾਂ ਨੂੰ ਹੀ ਉਹਨਾਂ ਦੇ ਪਿੱਛੇ ਪੈਂਦੇ ਪਏ ਨੇ ਜੀ ਤੇ ਉਹਨਾਂ ਨੂੰ ਮਾਰਨ ਤੇ ਆਉਂਦੇ ਨੇ ਤੇ ਲੋਕਾਂ ਨੇ ਵੀ ਜਿਹੜੀ ਕੱਲ੍ਹ ਬਹੁਤ ਕੋਸ਼ਿਸ਼ ਕੀਤੀ ਵੀ ਜਿਹੜੇ ਡਰ ਡਰ ਕੇ ਲੋਕਾਂ ਨੂੰ ਭਜਾਇਆ ਪਰ ਬੜੀ ਹੀ ਮਕਸਦ ਦੇ ਬਾਅਦ ਇਹ ਉਹਨਾਂ ਨੂੰ ਛੜਾਇਆ ਤੇ ਉਸ ਤੋਂ ਬਾਅਦ ਵੀ ਗਰਮ ਪਾਣੀ ਨਾਲ ਇਹਨਾਂ ਭਜਾਇਆ ਤੇ ਜਹਾਂ ਜਾ ਕੇ ਇੱਕ ਦੂਜੇ ਤੋਂ ਇਹ ਆਸੇ ਪਾਸੇ ਹੋਏ ਨੇ ਜੀ। ਲੇਕਿਨ ਚੰਦਰ ਪ੍ਰਕਾਸ਼ ਜੀ, ਗਊ ਟੈਕਸ ਸਾਡੇ ਕੋਲੋਂ ਹਰ ਇਨਸਾਨ ਤੋਂ ਲਿਆ ਜਾਂਦਾ ਹੈ ਔਰ ਇਹਨਾਂ ਵਾਸਤੇ ਗਊਸ਼ਾਲਾ ਵੀ ਬਣੀਆਂ ਹੋਈਆਂ ਨੇ, ਮਤਲਬ ਕਿਉਂ ਨਹੀਂ ਇਹ ਲੋਕ ਕੰਟਰੋਲ ਕਰਦੇ? ਸਰ ਜਿੱਥੇ ਤੱਕ ਦੇਖਣੇ ਚ ਆਇਆ ਵੀ ਇਹ ਜਿਹੜੀਆਂ ਗਊਸ਼ਾਲਾ ਆਪਾਂ ਕਹਿ ਦਈਏ ਵੀ ਪ੍ਰਸ਼ਾਸਨ ਵੀ ਇਸ ਤੇ ਕੰਮ ਕਰ ਰਿਹਾ, ਪ੍ਰਸ਼ਾਸਨ ਰੋਜ਼ ਤੇ ਜਿਹੜੀ ਆ ਗਊ ਜਿਹੜਾ ਟੈਕਸ ਲੈ ਰਹੀ ਹੈ ਉਹਦੇ ਉੱਤੇ ਕੰਮ ਕਰ ਰਿਹਾ ਹੈਗਾ, ਕਿਹੜੀ ਆਪਦੀ ਜਿਹੜੀ ਲੋਕਲ ਗਊਸ਼ਾਲਾ ਵੀ ਕੰਮ ਕਰ ਰਹੀਆਂ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਦੇਖਣੇ ਚ ਆ ਰਿਹਾ ਵੀ ਇਹ ਜਿਹੜੇ ਪਸ਼ੂ ਨੇ ਜੀ, ਲੋਕ ਜਿਹੜੇ ਜਿਵੇਂ ਆਪਾਂ ਜ਼ਿਮੀਦਾਰ ਕਹਿ ਸਕਦੇ ਪਿੰਡਾਂ ਵਾਲੇ, ਇਹ ਰੋਜ਼ ਦਾ ਮਤਲਬ ਛੱਡ ਕੇ ਜਾ ਰਹੇ ਹੈ। ਇਹ ਤੇ ਪ੍ਰਸ਼ਾਸਨ ਨੂੰ ਵੀ ਆਪਾਂ ਜ਼ਿੰਮੇਦਾਰ ਨਹੀਂ ਕਹਿ ਸਕਦੇ, ਆਪਾਂ ਨਾ ਹੀ ਗਊਸ਼ਾਲਾ ਕਮੇਟੀ ਨੂੰ ਕਹਿ ਸਕਦੇ। ਸਭ ਤੋਂ ਵੱਡਾ ਸਰ ਪ੍ਰੋਟੋਕਾਲ ਹੈ ਕਿ ਜਿਹੜੇ ਲੋਕ ਇਸ ਨੂੰ ਨਹੀਂ ਜਾਗਰੂਕ ਹੋ ਰਹੇ ਕਿ ਇਹਨਾਂ ਨੂੰ ਸ਼ਹਿਰ ਛੱਡ ਗਊਸ਼ਾਲਾ ਛੱਡਣ ਦੀ ਬਜਾਏ ਇਹਨਾਂ ਜਿਹੜੇ ਸੜਕਾਂ ਛੱਡਦੇ ਆ, ਸਭ ਤੋਂ ਕਾਰਨ ਵੱਡਾ ਅੱਜ ਸਾਡੇ ਲੋਕ ਹੀ ਨੇ ਜੀ ਇਸ ਟਾਈਮ। ਸੋ ਬਹੁਤ ਬਹੁਤ ਮਿਹਰਬਾਨੀ। ਇਸ ਸੰਬੰਧ ਵਿੱਚ ਕਿਸੇ ਨਾਲ ਗੱਲਬਾਤ ਕੀਤੀ ਚੰਦਰ ਪ੍ਰਕਾਸ਼ ਜੀ? ਹਾਂਜੀ ਸਰ, ਇਸ ਸੰਬੰਧ ਸਰ ਇੱਥੋਂ ਦੇ ਜਿਹੜੇ ਐਸਡੀਐਮ ਸਾਹਿਬ ਨਾਲ ਹੈਗੇ ਨੇ ਉਹਨਾਂ ਨਾਲ ਗੱਲ ਕੀਤੀ ਸੀ, ਉਹਨਾਂ ਨੇ ਨੌਲੇਜ ਲੈਂਦਾ ਤੇ ਉਹਨਾਂ ਨੇ ਜਿਹੜਾ ਵੀ ਇਹਨਾਂ ਪਸ਼ੂਆਂ ਨੂੰ ਉੱਥੇ ਚੁਕਵਾ ਕੇ ਜਿਹੜੀ ਜ਼ਿਲ੍ਹਾ ਗਊਸ਼ਾਲਾ ਹੈਗੀ ਇਹਨਾਂ ਦੀ ਉਹਨਾਂ 'ਚ ਭੇਜ ਦਿੱਤਾ ਉਹਨਾਂ ਨੇ। ਬਹੁਤ ਬਹੁਤ ਮਿਹਰਬਾਨੀ। ਇਹ ਸੀ ਹੁਣ ਤੱਕ ਦੀ ਅਪਡੇਟ, ਬਾਕੀ ਅਪਡੇਟ ਜਿਵੇਂ ਆਉਣਗੇ ਅਸੀਂ ਲੈ ਕੇ ਰੂਬਰੂ ਹੁੰਦੇ ਰਹਾਂਗੇ। ਤੁਸੀਂ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ।